ਨਾਭਾ ਤੇ ਅਧੀਨ ਪੈਂਦੇ ਬਿਰਤਨੋ ਜ਼ੋਨ ਦੀ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਨੂੰ ਲੈ ਕੇ ਕਾਂਗਰਸੀ ਅਤੇ ਪੀਪੀਪੀ ਦੇ ਉਮੀਦਵਾਰ ਵੱਲੋਂ ਪ੍ਰਸ਼ਾਸਨ ਤੇ ਦੋਸ਼ ਲਾਏ ਗਏ ਨੇ ਕਿ ਵੋਟਾਂ ਦੀ ਗਿਣਤੀ ਕੀਤੇ ਬਗੈਰ ਹੀ ਅਕਾਲੀ ਉਮੀਦਵਾਰ ਨੂੰ ਜੇਤੂ ਐਲਾਨ ਦਿੱਤਾ ਗਿਆ। ਉਹਨਾਂ ਦਾ ਦੋਸ਼ ਹੈ ਕਿ ਪਿੰਡ ਸ਼ਿਵਗੜ੍ਹ ਅਤੇ ਦੰਦਰਾਲਾ ਦੇ ਦੋ ਬਕਸਿਆਂ ਦੀ ਗਿਣਤੀ ਕੀਤੀ ਹੀ ਨਹੀਂ ਗਈ। ਕਿਹੜੀ ਗਿਣਤੀ ਹੋਈ ਆ ਤਾਂ ਕਿਹੜੇ ਕਾਊਂਟਰ 'ਤੇ? ਅਸੀਂ ਵਾਰ ਵਾਰ ਸਾਰਿਆਂ ਨੂੰ ਪੁੱਛਿਆ ਗਿਆ ਵੀ ਸਾਡੀ ਗਿਣਤੀ ਕਿਹੜੇ ਕਾਊਂਟਰ 'ਤੇ ਹੋਈ ਆ, ਇਹ ਸਾਨੂੰ ਕਿਸੇ ਨੇ ਦੱਸ ਕੇ ਦਿੱਤਾ। ਮਤਲਬ ਤੁਸੀਂ ਜਿਹੜਾ ਦੋਸ਼ ਲਗਾਏ ਸੱਤ ਪਿੰਡਾਂ ਦੀ ਜਿਹੜੀ ਵੋਟਿੰਗ ਆ ਉਹ ਪਤਾ ਨਹੀਂ ਤੁਹਾਨੂੰ ਵੀ ਕਿੱਥੇ ਕਾਊਂਟ ਹੋਇਆ ਕਿੱਥੇ ਨਹੀਂ, ਇਹ ਮੰਨਦੇ ਹੋ? ਬਾਕੀ ਸਭ ਦਾ ਪਤਾ ਜੀ, ਇੱਕ ਸ਼ਿਵਗੜ੍ਹ ਅਤੇ ਇੱਕ ਦੰਦਰਾਲੇ ਦਾ ਨਹੀਂ ਪਤਾ ਲੱਗਿਆ। ਉਹਨਾਂ ਦੇ ਜਿਹੜੇ ਬੋਕਸ ਨੇ ਉਹ ਕਿੱਥੇ ਨੇ ਜੀ? ਬੋਕਸ ਨਹੀਂ ਸਾਨੂੰ ਮਿਲੇ ਜੀ। ਜਿਹੜੇ ਪੋਲਿੰਗ ਸੀਗੇ, ਪੋਲਿੰਗ ਦੀ ਬਾਕੀ ਸਾਰਿਆਂ ਦੀ ਗਿਣਤੀ ਹੋ ਚੁੱਕੀ, ਸੱਤ ਸਾਡੇ ਪਿੰਡਾਂ ਦੇ ਪੋਲਿੰਗ ਸੀਗੇ ਜਿਹਦੇ ਵਿੱਚੋਂ ਸ਼ਿਵਗੜ੍ਹ ਅਤੇ ਦੰਦਰਾਲੇ ਦੇ ਦੋ ਪੋਲਿੰਗ ਸੀਗੇ, ਉਹਦੇ ਇੱਕ ਪੋਲਿੰਗ ਦੀ ਗਿਣਤੀ ਕਰਤੀ ਸਾਡੇ ਸਾਹਮਣੇ, ਇੱਕ ਦੀ ਕੀਤੀ ਨਹੀਂ। ਅਸੀਂ ਮਿਲ ਰਿਹਾ, ਅਸੀਂ ਉਹਨਾਂ ਗੱਲਬਾਤ ਕਰ ਰਹੇ ਸੀ, ਅਬਜਰਵਰ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਹੈ, ਉਹ ਕਹਿੰਦੇ ਕੰਪਲੇਂਟ ਦਿਓ, ਕਹਿੰਦੇ ਅਸੀਂ ਇਹਤੇ ਗੌਰ ਕਰਾਂਗੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।